ਸਾਡੇ ਮਰੀਜ਼ ਦਾ ਬਲੱਡ ਪ੍ਰੈਸ਼ਰ ਵੀ ਠੀਕ ਏ, ਠੀਕ ਆ, ਖਾਣਾ ਪੀਣਾ ਵੀ ਠੀਕ ਏ, ਨੀਂਦਰ ਵੀ ਠੀਕ ਆਂਦੀ ਏ, ਵੈਰੀ ਗੁੱਡ, ਕਰੇਟਿਨਿਨ ਵੀ ਡਹਿ ਗਈ ਏ, ਵੈਰੀ ਗੁੱਡ, ਵੈਰੀ ਗੁੱਡ ਭਾਈ। ਸਾਹਿਬ ਬਹੁਤ ਉਹਨੇ ਗੱਲ ਪੁੱਛਦੇ ਪੜਨ ਵੀ ਕਿਹੜੀ ਦਵਾਈ ਏ ਜਿਹਦੇ ਨਾਲ ਬਲੱਡ ਪ੍ਰੈਸ਼ਰ ਡਹਿ ਗਏ। ਅੱਛਾ ਜੀ, ਹਾਲ ਹੀ ਕਹਿਣੀ ਦੱਸਿਆ ਉਹਨੇ ਕੋ। ਅੱਛਾ ਜੀ, ਵੀ ਕਿਹੜੀਆਂ ਗੋਲੀਆਂ ਜਿਹਦੇ ਨਾਲ ਇਤਨਾ ਬਲੱਡ ਪ੍ਰੈਸ਼ਰ ਅੱਜ ਤੱਕ ਨਹੀਂ ਡਟਾ ਤੇ ਹੁਣ ਇਤਨਾ ਡਹਿ। ਵੈਰੀ ਗੁੱਡ, ਵੈਰੀ ਗੁੱਡ। ਅਸਲਾਮ ਅਲੈਕੁਮ, ਕੈਸੇ ਹੈਂ ਆਲ ਫਰੈਂਡਸ, ਮੈਂ ਆਪ ਸਭ ਕਾ ਭਾਈ ਹਕੀਮ ਅਤੀਕ ਰਹਿਮਾਨ ਸਨਿਆਸੀ ਫਰੋਮ ਗੁਜਰਾਤ। दोस्तों आज हमारे साथ एक और न्यू पेशेंट मौजूद है। किडनी का मसला था, किडनी डायलिसिस यानी गुर्दे वाश इन मरीजों के हो रहे हैं। अभी आपको इनका नाम जो है शुबाना बीबी है, फीमेल है, 3989 इनका टोकन नंबर है। इनसे रिव्यू लेते हैं, फिर आपके साथ जो है हम मजीद डिस्कस करते हैं। अस्सलाम वालेकुम जी। वालेकुम सलाम। की नाम है जनाब, अपना नाम की जी? मोहम्मद कासम। मोहम्मद कासम साहब जी, जी जी। अच्छा जनाब, जेडे मरीज की दवाई चलती भी अपने को बाजी होना दी, थोड़ी जी तबीयत दसो पहले मैंने। ब्लड प्रेशर 180 ਨੂੰ ਉੱਤਲੇ ਨਾ ਆਂਦਾ। ਅੱਛਾ ਠੀਕ ਹੈ। ਇੱਕ ਪੰਜਾਬੀ ਦੀ ਕਹਾਵਤ, ਕਾਸਮ ਸਾਹਿਬ ਨਾਮ ਦੱਸਿਆ ਕਿ ਤੁਸੀਂ? ਜੀ ਜੀ, ਮੁਹੰਮਦ ਕਾਸਮ। ਮੁਹੰਮਦ ਕਾਸਮ। ਵਲਦ? ਵਲਦ ਹਾਜੀ ਸ਼ੇਰ ਮੁਹੰਮਦ। ਵਲਦ ਹਾਜੀ ਸ਼ੇਰ ਮੁਹੰਮਦ, ਕਿਹੜੇ ਇਲਾਕੇ ਦੇ ਸਰ? ਰੂਲਾ ਵਾਲੀ ਦੇ ਸੀ। ਰੂਲਾ ਵਾਲੀ? ਜੀ ਜੀ। ਇਹ ਕਿਹੜਾ ਇਲਾਕਾ ਜੀ? ਜ਼ਿਲ੍ਹਾ ਮੁਜ਼ੱਫਰਗੜ੍ਹ ਹੈ। ਜ਼ਿਲ੍ਹਾ ਮੁਜ਼ੱਫਰਗੜ੍ਹ, ਪਿੰਡ ਆ ਕੋਈ? ਜੀ ਜੀ। ਅੱਛਾ, ਜਿਹੜੇ ਉਸ ਇਲਾਕੇ ਦੇ ਭਾਈ, ਇਹਨਾਂ ਨੂੰ ਜੇ ਆਪਣਾ ਮਿਲ ਕੇ ਜਿਹੜੇ ਜਾਣਦੇ, ਇਹਨਾਂ ਨੂੰ ਮਿਲ ਕੇ ਵੀ ਆਪਣੀ ਤਸੱਲਾ ਕਰ ਸਕਦੇ ਆ। ਅੱਛਾ ਪਿਆਰੇ ਭਾਈ, ਪੰਜਾਬੀ ਦੀ ਇੱਕ ਕਹਾਵਤ ਆ, ਤੁਸੀਂ ਆਪਣੀ ਕਵਰੇ ਪੈਣਾ, ਅਸੀਂ ਆਪਣੀ ਕਵਰੇ ਪੈਣਾ, ਗੱਲ ਹੁੰਦੀ ਜਿਹੜੀ ਹੱਕ ਸੱਚ ਦੀ ਹੋਵੇ। ਬਿਲਕੁਲ ਸਹੀ। ਮਸਲਾ ਹੈਗਾ ਕੀ ਸੀ ਸਾਡੀ ਦਵਾਈ ਨਾਲ ਕੀ ਫਾਇਦਾ, ਥੋੜਾ ਜਿਹਾ ਐਕਸਪਲੇਨ ਕਰਿਓ ਜਨਾਬ। ਬਾਜੀ ਨੂੰ ਕੀ ਮਸਲਾ ਸੀ ਪਹਿਲਾਂ ਦੱਸੋ। ਗੁਰਦੇ ਦੁਹਾਈ ਖਤਮ ਥੀ ਗਏ ਹਨ ਬਲੱਡ ਪ੍ਰੈਸ਼ਰ ਦੀ ਵਜ੍ਹਾ ਕਨੇ। ਅੱਛਾ, ਬਲੱਡ ਪ੍ਰੈਸ਼ਰ ਦੀ ਵਜ੍ਹਾ ਤੋਂ ਗੁਰਦੇ ਜਨੀ ਦੋਵੇਂ ਖਤਮ ਹੋ ਗਏ ਸੀ। ਖਤਮ। ਡਾਕਟਰ ਸਾਹਿਬ ਹੋਰੇ ਆਏ ਕਿ ਡਾਕਟਰ ਗੁਲਾਮ ਅਬਾਸ ਮਲਤਾਨ ਵਾਲੇ ਨੈਫਰੋਲੋਜੀ ਦਾ ਸੀਨੀਅਰ ਹੈ। ਅੱਛਾ ਜੀ। ਨੇ ਕਿ ਗੁਰਦਾ ਨਵਾਂ ਲੱਗ ਸੀ। ਅੱਛਾ, ਡਾਕਟਰ ਨੇ ਕਿਹਾ ਗੁਰਦੇ ਨਵੇਂ ਪੈਣੇ ਆ। ਗੁਰਦਾ ਨਵਾਂ ਲੱਗ ਸੀ ਨਾ, ਇੱਕ ਨਵੇਂ, ਇੱਕ ਤਾਂ ਕਿਹਾ ਸੀ। ਜੀ ਜੀ, ਸਾਰੇ ਨੇ ਦੋਸਤ ਹੈ ਗੈਨ ਤੁਹਾਡੇ ਕੋਲ ਦਵਾਈ ਕਿਨ ਗੈਨ। ਅੱਛਾ, ਅੱਗੇ ਵੀ ਇੱਕ ਦੋਸਤ ਤੁਹਾਡਾ ਦਵਾਈ ਲੈ ਗਿਆ, ਲੈ ਗਏ, ਉਹ ਠੀਕ ਸੀ ਗਏ, ਉਹ ਠੀਕ ਹੋ ਗਏ, ਮਾਮਲਾ ਵੀ ਇਵੇਂ ਆ। ਚਲੋ ਮਾਸ਼ਾਅੱਲਾ ਜੀ। ਉਹ ਸਾ ਕੋ ਵਾਲੀ ਤਾਂ ਭੇਜੇ। ਅੱਛਾ ਜੀ, ਮਾਸ਼ਾਅੱਲਾ ਸਾਡਾ ਮਰੀਜ਼ ਦਾ ਬਲੱਡ ਪ੍ਰੈਸ਼ਰ ਵੀ ਠੀਕ ਸੀ ਗਏ, ਠੀਕ ਆ, ਖਾਣਾ ਪੀਣਾ ਵੀ ਠੀਕ ਹੈ, ਨੀਂਦਰ ਵੀ ਠੀਕ ਆਂਦੀ ਹੈ, ਵੈਰੀ ਗੁੱਡ, ਕਰੇਟਿਨਿਨ ਵੀ ਡਹਿ ਗਈ ਹੈ, ਵੈਰੀ ਗੁੱਡ, ਵੈਰੀ ਗੁੱਡ। ਦਵਾਈ ਖਾਧੀ ਕਿੰਨੇ ਦੇਣਾ? 15 ਦਿਨ ਸੇ। ਤੇ ਮਸਲਾ ਹੈ ਕਿੰਨੀ ਦੇਰ ਤੋਂ ਸੀ? ਇਹ ਤਕਰੀਬਨ ਸਾਲ ਸੀ ਆਂਦੇ ਹੋ। ਸਾਲ ਹੋ ਗਿਆ ਜਨਾਬ। ਸਭ ਤੋਂ ਮੇਨ ਚੀਜ਼ ਦੋਸਤੋ ਜਿਹੜੀ ਹੁੰਦੀ, ਹੁਣ ਭਾਈ ਹੁਣਾਂ ਦਾ ਜਨਾਬ ਮਸਲਾ ਸੀ, ਬਾਜੀ ਹੁਣੀ ਸੀ ਸ਼ੁਭਾਨਾ ਬੀਬੀ, ਡਾਕਟਰਾਂ ਨੇ ਕਿਹਾ ਸੀ, ਕਿਹੜੇ ਡਾਕਟਰ ਨੇ ਕਿਹਾ ਸੀ ਗੁਰਦਾ ਨਵਾਂ ਪੈਣਾ ਜੀ? ਗੁਲਾਮ ਅਬਾਸ। ਗੁਲਾਮ ਅਬਾਸ ਕਿੱਥੇ ਦੇ ਆ ਜੀ? ਮੁਲਤਾਨ ਨੈਫਰੋਲੋਜੀ ਦਾ ਸੀਨੀਅਰ ਹੈ, ਨਿਸ਼ਤਰ ਹਸਪਤਾਲ ਦਾ। ਨਿਸ਼ਤਰ ਹਸਪਤਾਲ ਦੇ ਆ ਜਨਾਬ। ਦੇਖੋ ਦੋਸਤੋ, ਗੱਲ ਕੋਈ ਵੀ ਹੋਵੇ, ਅਸਲ ਜਿਹੜਾ ਆਪਣਾ ਬੋਡੀ ਪਾਰਟਸ ਦਾ ਪੁਰਜ਼ਾ, ਉਹਦਾ ਕੰਮ ਉਹੀ ਕਰਦਾ ਵਾ। ਸਿਰਫ ਔਰ ਸਿਰਫ ਜਿੱਦਾਂ ਹੁਣ 2 ਹਫ਼ਤੇ ਦਵਾਈ ਖਾਧੀ, ਅਲਹਮਦੁਲਿਲਾ ਕ੍ਰੀਟੀਨਾਈਨ ਵੀ ਨੀਚੇ ਆਉਣ ਲੱਗ ਪਿਆ, ਮਰੀਜ਼ ਵੀ ਐਕਟਿਵ ਹੋ ਗਿਆ, ਬਲੱਡ ਪ੍ਰੈਸ਼ਰ ਵੀ ਨੀਚੇ ਆ ਗਿਆ, ਅਲਹਮਦੁਲਿਲਾ ਨੇ ਬਹੁਤ ਫਜ਼ਲ ਕਰਤਾ। 3 ਤੋਂ 4 ਹਫ਼ਤੇ ਦੇ ਵਿੱਚ ਵਿੱਚ ਅਲਹਮਦੁਲਿਲਾ ਮਰੀਜ਼ ਮੁਕੰਮਲ ਤੌਰ ਤੇ ਮਜ਼ੀਦ ਨਾਰਮਲ ਹੋ ਜਾਏਗਾ। ਗੱਲ ਕਰਨ ਦਾ ਮਕਸਦ ਹੁੰਦਾ ਸ਼ਫਾ ਅੱਲਾ ਪਾਕ ਦਿੰਦਾ, ਜਿੰਨਾ ਮਰਜ਼ੀ ਗੁਰ ਜੀ। ਡਾਕਟਰ ਸਾਹਿਬ ਹੋਰ ਉਹਨੇ ਗੱਲ ਪੁੱਛਦੇ ਪੜਨ ਦੀ, ਕਿਹੜੀ ਦਵਾਈ ਹੈ ਜਿਹਦੇ ਨਾਲ ਬਲੱਡ ਪ੍ਰੈਸ਼ਰ ਡਹਿ ਗਏ? ਅੱਛਾ ਜੀ, ਹਾਲ ਹੀ ਕਹਿਣੀ ਦੱਸਿਆ ਉਹਨੇ ਕੋ। ਅੱਛਾ ਜੀ, ਵੀ ਕਿਹੜੀਆਂ ਗੋਲੀਆਂ ਜਿਹਦੇ ਨਾਲ ਇਤਨਾ ਬਲੱਡ ਪ੍ਰੈਸ਼ਰ ਅੱਜ ਤੱਕ ਨਹੀਂ ਡਟਾ ਤੇ ਹੁਣ ਇਤਨਾ ਡਹਿ? ਵੈਰੀ ਗੁੱਡ, ਵੈਰੀ ਗੁੱਡ। ਆਪ ਕਹਿੰਦੇ ਡਾਕਟਰ ਸਾਹਿਬ ਪੁੱਛਦੇ ਪਏ ਕਿ ਦਿੱਤਾ ਕੀ ਜਿਹੜਾ ਬਲੱਡ ਪ੍ਰੈਸ਼ਰ ਇਹਦਾ ਨੀਚੇ ਆ ਗਿਆ, ਗੁਰਦੇ ਵਾਲੇ ਮਰੀਜ਼ ਦਾ ਬਲੱਡ ਪ੍ਰੈਸ਼ਰ ਨੀਚੇ ਨਹੀਂ ਹੁੰਦਾ ਹੈਗਾ। ਦੋਸਤੋ, ਅਸਲ ਮੇਨ ਚੀਜ਼ ਹੁੰਦੀ ਮਸਲੇ ਨੂੰ ਸਮਝੋ, ਉਹਦੇ ਮੁਤਾਬਕ ਮੈਡੀਸਨ ਦਿਓ। ਇਹਨਾਂ ਨੇ ਕਿਹਾ 1 ਸਾਲ ਤੋਂ ਮਸਲਾ ਸੀ, ਡਾਕਟਰ ਦਾ ਉਹਨਾਂ ਨੇ ਨਾਮ ਹਸਪਤਾਲ ਵੀ ਦੱਸਿਆ, ਫਲਾਂ ਡਾਕਟਰ ਨੇ ਕਿਹਾ ਸੀ ਗੁਰਦਾ ਖਤਮ ਹੈ, ਨਵਾਂ ਪਵਾ ਦਿਓ। ਸ਼ਫਾ ਅੱਲਾ ਪਾ ਦਿੰਦਾ, ਇਹ ਚ ਸਾਡੀ ਕੋਈ ਬਹਾਦਰੀ ਨਹੀਂ। ਅੱਲਾ ਪਾਕ ਦਾ ਨਾਮ ਲੈ ਕੇ ਮਸਲੇ ਦੇ ਮੁਤਾਬਕ ਮੈਡੀਸਨ ਦੇਈਦੀ, ਭਾਵੇਂ 25 ਸਾਲ ਪੁਰਾਣਾ ਮਸਲਾ ਹੋਵੇ, ਜਿਹੜਾ ਮਰਜ਼ੀ ਮਸਲਾ ਹੋਵੇ, ਅਲਹਮਦੁਲਿਲਾ ਉਹਦੇ ਮੁਤਾਬਕ ਮੈਡੀਸਨ ਦਾਂਗੇ। ਅੱਲਾ ਜ਼ਾਤ ਪਾਕ ਫਜ਼ਲ ਹੀ ਫਜ਼ਲ ਕਰ ਦਿੰਦੇ, ਜਿਹੜੇ ਭੈਣ ਭਰਾ ਇਸ ਇਲਾਕੇ ਦੇ ਇਸ ਭਾਈ ਨੂੰ ਜਾਣਦੇ, ਆਪਣੀ ਮਿਲ ਕੇ ਵੀ ਤਸੱਲਾ ਕਰ ਸਕਦੇ। ਬਾਕੀ ਅਲਹਮਦੁਲਿਲਾ ਤਮਾਮ ਡਾਕਟਰਾਂ ਨਾਲ ਔਰ ਆਪਣਾ ਹਕੀਮਾਂ ਨਾਲ ਮੇਰਾ ਇਹੀ ਮਸ਼ਵਰਾ ਹੈਗਾ, ਮੇਰੀ ਡਿਸਕਸ ਆ ਕਿ ਤੁਸੀਂ ਮਸਲੇ ਨੂੰ ਸਮਝੋ, ਉਹਦੇ ਮੁਤਾਬਕ ਮੈਡੀਸਨ ਦਿਓ। ਅਲਹਮਦੁਲਿਲਾ ਅੱਲਾ ਜ਼ਾਤ ਪਾਕ ਫਜ਼ਲ ਹੀ ਫਜ਼ਲ ਕਰ ਦਿੰਦੀ। ਬਹੁਤ ਸ਼ੁਕਰੀਆ, ਥੈਂਕ ਯੂ, ਅਸਲਾਮ ਦੋਸਤ।